ਸਤਿਗੁਰੂ ਜਗਜੀਤ ਸਿੰਘ ਸੰਗੀਤ ਸੰਮੇਲਨ ਵਿੱਚ ਅੱਜ ਦੀ ਉਹ ਸ਼ਖਸੀਅਤ ਜਿਨ੍ਹਾਂ ਦੀ ਯਾਦ ਵਿੱਚ ਜਿਨ੍ਹਾਂ ਦੀ ਉਡੀਕ ਵਿੱਚ ਆਪਾਂ ਸਾਰੇ ਬੈਠੇ ਹਾਂ, ਥੋੜ੍ਹੀ ਦੇਰ ਵਿੱਚ ਮੰਚ 'ਤੇ ਹਾਜ਼ਰ ਹੋਣਗੇ। ਉਸ ਤੋਂ ਬਾਅਦ ਜੋਤ ਪ੍ਰਜਵਲਿਤ ਕਰਕੇ ਅਤੇ ਫਿਰ ਨਾਲ ਹੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਇੱਕ ਸਤਿਗੁਰੂ ਜਗਜੀਤ ਸਿੰਘ ਜੀ ਦੀ ਸੰਗੀਤ ਨੂੰ ਯੋਗਦਾਨ ਬਾਰੇ ਇੱਕ ਡਾਕੂਮੈਂਟਰੀ ਜਿਹੜੀ ਬਣ ਰਹੀ ਹੈ ਉਹਦਾ 5-7 ਮਿੰਟ ਦਾ ਟ੍ਰੇਲਰ ਵਿਖਾਇਆ ਜਾਏਗਾ, ਜਿਹਦਾ ਟਾਈਟਲ ਹੈ ਸਤਿਗੁਰੂ ਜਗਜੀਤ ਸਿੰਘ ਇੱਕ ਸੰਗੀਤਕ ਯਾਤਰਾ। ਸਤਿਗੁਰੂ ਜਗਜੀਤ ਸਿੰਘ ਜੀ ਦੀ ਸੱਚਮੁੱਚ ਹੀ ਸੰਗੀਤਕ ਯਾਤਰਾ ਹੈ, ਜਿਹਦੇ ਵਿੱਚ ਸਤਿਗੁਰੂ ਜੀ ਨੇ 4 ਸਾਲ ਦੀ ਉਮਰ ਵਿੱਚ ਉਸਤਾਦ ਭਾਈ ਹਰਨਾਮ ਸਿੰਘ ਜੀ ਤੋਂ ਸੰਗੀਤ ਸਿੱਖਿਆ ਸਿੱਖਣੀ ਸ਼ੁਰੂ ਕੀਤੀ ਸੀ। ਉਸ ਤੋਂ ਬਾਅਦ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਆਪ ਕਿਰਪਾ ਕਰਕੇ ਆਪ ਵੀ ਸਿਖਾਉਣਾ, ਫਿਰ ਅੰਮ੍ਰਿਤਸਰ ਤੋਂ ਰਬਾਬੀਆਂ ਨੂੰ ਸੱਦ ਕੇ ਭਾਈ ਤਾਬਾ ਜੀ, ਭਾਈ ਨਸੀਰ ਜੀ, ਪਖਾਬ ਜੀ ਅਤੇ ਹੋਰ ਬਹੁਤ ਸਾਰੇ ਉਸ ਵੇਲੇ ਦੇ ਜਿਹੜੇ ਵੱਡੇ ਉਸਤਾਦ ਸਨ ਉਹਨਾਂ ਨੂੰ ਸ੍ਰੀ ਭੈਣੀ ਸਾਹਿਬ ਸੱਦ ਕੇ ਇੱਥੇ ਉਸ ਵੇਲੇ ਸਤਿਗੁਰੂ ਜਗਜੀਤ ਸਿੰਘ ਜੀ ਅਤੇ ਸਤਿਗੁਰੂ ਜਗਜੀਤ ਸਿੰਘ ਜੀ ਦੇ ਕੁਝ ਸਾਥੀਆਂ ਨੇ ਸੰਗੀਤ ਸਿੱਖਿਆ, ਮਹਾਰਾਜ ਵੀਰ ਸਿੰਘ ਜੀ ਨੇ, ਉਹਨਾਂ ਦਿਨਾਂ 'ਚ ਪੰਡਿਤ ਰਜਿੰਦਰ ਸਿੰਘ ਜੀ, ਕਵੀ ਪ੍ਰੀਤਮ ਸਿੰਘ ਜੀ। ਇਹ ਸਾਰੀ ਸੰਗੀਤ ਸਿੱਖਿਆ ਦੇ ਦੌਰਾਨ ਹੀ ਸਤਿਗੁਰੂ ਜੀ ਨੇ ਉਚੇਚੇ ਤੌਰ 'ਤੇ ਦਿਲਰੁਬਾ ਦੀ ਸਿੱਖਿਆ ਵਾਸਤੇ ਭਾਈ ਮਸਤਾਨ ਸਿੰਘ ਜੀ ਪਟਿਆਲੇ ਵਾਲਿਆਂ ਤੋਂ ਸਿੱਖਣਾ ਸ਼ੁਰੂ ਕੀਤਾ, ਉਹਨਾਂ ਦੀ ਸ਼ਾਗਿਰਦੀ ਕੀਤੀ। ਭਾਈ ਮਸਤਾਨ ਸਿੰਘ ਜੀ ਜਿਨ੍ਹਾਂ ਤੋਂ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਵੀ ਦਿਲਰੁਬਾ ਦੀ ਸੰਥਿਆ ਵਾਸਤੇ ਉਹਨਾਂ ਨੂੰ ਉਸਤਾਦ ਧਾਰਿਆ ਅਤੇ ਸਤਿਗੁਰੂ ਜਗਜੀਤ ਸਿੰਘ ਜੀ ਨੇ ਵੀ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਸਮੇਂ ਵਿੱਚ ਹੀ ਦੀਵਾਨਾਂ ਵਿੱਚ, ਸੰਗੀਤ ਪ੍ਰੋਗਰਾਮਾਂ ਵਿੱਚ ਜਦੋਂ ਗਾਉਣਾ ਅਤੇ ਵਜਾਉਣਾ, ਇੱਕ ਵਾਰ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਸਨਮੁੱਖ ਜਦੋਂ ਗਾਇਨ ਪੇਸ਼ ਕੀਤਾ, ਸਤਿਗੁਰੂ ਪ੍ਰਤਾਪ ਸਿੰਘ ਜੀ ਬਚਨ ਕੀਤਾ, ਖੁਸ਼ ਹੋ ਕੇ, ਮੈਂ ਬਹੁਤ ਸਾਰੀਆਂ ਸੰਗੀਤ ਸਭਾਵਾਂ ਸੁਣੀਆਂ ਨੇ, ਤੁਹਾਡੇ ਵਰਗਾ ਗਾਉਣ ਵਾਲਾ ਵਰਗਾ ਨਹੀਂ ਵੇਖਿਆ, ਹੋਰ ਅਭਿਆਸ ਕਰੋਗੇ ਤਾਂ ਹੋਰ ਵਧੋਗੇ। ਉਹ ਇੱਕ ਆਸ਼ੀਰਵਾਦ ਵੀ ਸੀ, ਇੱਕ ਵਰਦਾਨ ਵੀ ਸੀ। ਅਤੇ ਸਤਿਗੁਰੂ ਜਗਜੀਤ ਸਿੰਘ ਜੀ ਨੇ ਗੁਰਗੱਦੀ 'ਤੇ ਬਿਰਾਜਮਾਨ ਹੋਣ ਤੋਂ ਬਾਅਦ ਸ੍ਰੀ ਜੀਵਨ ਨਗਰ ਵਿਖੇ ਪੰਡਿਤ ਮਹਾਂਦੇਵ ਜੀ ਕਥਕ ਨੂੰ ਸੱਦ ਕੇ ਉਹਨਾਂ ਤੋਂ ਆਪ ਵੀ ਸੱਚੇ ਪਾਤਸ਼ਾਹ ਜੀ ਨੇ ਸਿੱਖਣਾ ਸ਼ੁਰੂ ਕੀਤਾ। ਅਤੇ ਉਸ ਵੇਲੇ ਉਸਤਾਦ ਹਰਨਾਮ ਸਿੰਘ ਜੀ, ਸੰਤ ਗੁਰਦੇਵ ਸਿੰਘ ਜੀ ਅਤੇ ਹੋਰ ਸਾਰੇ, ਭਾਈ ਮਨਜੀਤ ਸਿੰਘ ਜੀ, ਬਹੁਤ ਸਾਰੇ ਨੇ ਉਸ ਵੇਲੇ ਉੱਥੇ ਸੰਗੀਤ ਸਿੱਖਿਆ ਸ਼ੁਰੂ ਕੀਤੀ। 1974 ਤੋਂ ਲੈ ਕੇ ਸਤਿਗੁਰੂ ਜਗਜੀਤ ਸਿੰਘ ਜੀ ਨੇ ਉਚੇਚੇ ਤੌਰ 'ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਯਾਦ ਵਿੱਚ ਸਤਿਗੁਰੂ ਪ੍ਰਤਾਪ ਸਿੰਘ ਸਿਮਰਤੀ ਸੰਗੀਤ ਸੰਮੇਲਨ ਸ਼ੁਰੂ ਕੀਤੇ, ਦਿੱਲੀ ਵਿੱਚ, ਕਲਕੱਤੇ ਵਿੱਚ, ਲਖਨਊ ਵਿੱਚ, ਬੰਬਈ ਵਿੱਚ ਅਤੇ ਔਰੰਗਾਬਾਦ ਵਿੱਚ, ਇਸ ਤਰ੍ਹਾਂ ਬਹੁਤ ਸਾਰੇ ਥਾਵਾਂ 'ਤੇ ਜੰਮੂ ਕਸ਼ਮੀਰ ਵਿੱਚ ਵੀ ਸਿਮਰਤੀ ਸੰਗੀਤ ਸੰਮੇਲਨ ਹੁੰਦੇ ਰਹੇ, ਜਿਨ੍ਹਾਂ ਵਿੱਚ ਭਾਰਤ ਦੇ ਨਾਮੀ ਗ੍ਰਾਮੀ ਜਿਹੜੇ ਸੰਗੀਤਕਾਰ ਸਨ, ਸ਼ਾਸਤਰੀ ਸੰਗੀਤ ਦੇ ਕਲਾਕਾਰ ਸਨ, ਉਸਤਾਦ ਸਾਹਿਬਾਨ ਸਨ, ਉਹ ਆਪਣੀ ਪਰਫੋਰਮੈਂਸ ਦਿਆ ਕਰਦੇ ਸਨ। ਇਸੇ ਤਰ੍ਹਾਂ ਇਹ ਰਾਬਤਾ ਬਣਦਾ ਗਿਆ ਅਤੇ ਸਤਿਗੁਰੂ ਜਗਜੀਤ ਸਿੰਘ ਜੀ ਨੇ ਭਾਰਤ ਦੇ ਬਹੁਤ ਸਾਰੇ ਸੰਗੀਤ ਉਸਤਾਦਾਂ ਪਾਸ ਆਪਣੇ ਸਿੱਖਿਆਰਥੀਆਂ ਨੂੰ ਭੇਜ ਕੇ ਉਹਨਾਂ ਦੀ ਸੰਗੀਤ ਕਲਾ ਦੀ ਵੰਨਗੀ ਨੂੰ ਆਪਣੇ ਕੀਰਤਨ ਵਾਸਤੇ ਸੁਰੱਖਿਅਤ ਕੀਤਾ। ਸਤਿਗੁਰੂ ਜਗਜੀਤ ਸਿੰਘ ਜੀ ਦੀ ਸੰਗੀਤ ਪ੍ਰਤੀ ਇਸ ਤਰ੍ਹਾਂ ਦੀ ਨਿਸ਼ਠਾ, ਇਸ ਤਰ੍ਹਾਂ ਦੀ ਦੇਣ ਅਤੇ ਉਸਨੂੰ ਇੱਕ ਸੰਭਾਲਣਾ, ਉਹਦਾ ਮਾਣ ਸਨਮਾਨ ਕਰਨਾ, ਉਹਦੇ ਬਾਰੇ ਉਸਤਾਦ ਅਮਜਦ ਅਲੀ ਜੀ ਆਖਿਆ ਕਰਦੇ ਸੀ, ਉਹਨਾਂ ਦੇ ਸ਼ਬਦ ਨੇ, ਉਹਨਾਂ ਨੇ ਆਖਿਆ, ਹਮਾਰੇ ਪਿਤਾ ਜੀ ਕਿਹਾ ਕਰਤੇ ਥੇ, ਸ਼ਾਸਤਰੀ ਸੰਗੀਤ ਕੀ ਸੇਵਾ ਹਰ ਇਨਸਾਨ ਨਹੀਂ ਕਰ ਸਕਦਾ, ਇਸੇ ਕਰਨੇ ਵਾਲਾ ਬਾਦਸ਼ਾਹ ਹੋ ਜਾਂ ਫਕੀਰ। ਔਰ ਸਤਿਗੁਰੂ ਜਗਜੀਤ ਸਿੰਘ ਜੀ ਇੱਕ ਬਾਦਸ਼ਾਹ ਵੀ ਹੈ ਔਰ ਫਕੀਰ ਵੀ, ਆਪ ਇੱਕ ਐਸੀ ਰੌਸ਼ਨੀ ਹੈ ਜੋ ਪੂਰੇ ਹਿੰਦੁਸਤਾਨ ਕੋ ਰਾਸਤਾ ਦਿਖਾ ਰਹੇ ਹੈ ਕਿ ਸ਼ਾਸਤਰੀ ਸੰਗੀਤ ਕਿਆ ਹੈ, ਇਸ ਕੀ ਕੈਸੀ ਉਪਾਸਨਾ ਕਰਨੀ ਹੈ। ਇਹ ਸਤਿਗੁਰੂ ਜਗਜੀਤ ਸਿੰਘ ਜੀ ਨੇ ਜਿਨ੍ਹਾਂ ਨੇ ਆਪਣੇ ਸਮੁੱਚੇ ਜੀਵਨ ਵਿੱਚ ਅਤੇ ਗੁਰਗੱਦੀ ਕਾਲ ਦੇ ਅੱਧੀ ਸਦੀ ਤੋਂ ਵੱਧ ਸਮੇਂ ਵਿੱਚ ਬਹੁਤ ਸਾਰੇ ਕਾਰਜ ਕੀਤੇ, ਜਿਨ੍ਹਾਂ ਦੀ ਉਡੀਕ ਵਿੱਚ ਆਪਾਂ ਸਾਰੇ ਬੈਠੇ ਹਾਂ, ਉਸਤਾਦ ਜਾਕਰ ਜੀ ਆਪਣੇ ਇਹ ਤਾਲੀਆਂ ਦੀ ਨਿਰੰਤਰ ਗੂੰਜ, ਇਸ ਖੁਸ਼ੀ ਦਾ ਇਜ਼ਹਾਰ ਹੈ
ਕਿ ਅਸੀਂ ਕਿਸ ਤਰ੍ਹਾਂ ਤੀਬਰਤਾ ਨਾਲ ਉਹਨਾਂ ਦੀ ਉਡੀਕ ਕਰ ਰਹੇ ਸਾਂ। ਹੁਣ ਸਤਿਗੁਰੂ ਜੀ ਅਤੇ ਨਾਲ ਜਾਕਰ ਜੀ, ਤੌਫੀਕ ਜੀ ਅਤੇ ਫਜ਼ਲ ਕੁਰੈਸ਼ੀ ਜੀ, ਨਾਲ ਸੰਤ ਜਗਤਾਰ ਸਿੰਘ ਜੀ ਹੋਣਗੇ, ਜੋਤ ਪ੍ਰਜਵਲਿਤ ਕਰਕੇ ਅੱਜ ਦੇ ਇਸ ਮੁੱਖ ਸਮਾਗਮ ਦਾ, ਅੱਜ ਦੇ ਇਹਨਾਂ ਕਲਾਕਾਰਾਂ ਦਾ ਵਾਦਨ ਆਰੰਭ ਹੋਣ ਤੋਂ ਪਹਿਲਾਂ ਸਤਿਗੁਰੂ ਜਗਜੀਤ ਸਿੰਘ ਜੀ ਦੀ ਤਸਵੀਰ ਦੇ ਸਨਮੁੱਖ ਫਿਰ ਤਾੜੀਆਂ ਨਾਲ ਸਵਾਗਤ। ਫਜ਼ਲ ਕੁਰੈਸ਼ੀ ਜੀ ਵੀ, ਉਹ ਵੀ ਹਾਜ਼ਰ ਨੇ। ਅਜੇ ਜੋਗੇਲਕਰ ਜੀ, ਜਿਨ੍ਹਾਂ ਨੇ ਹਾਰਮੋਨੀਅਮ 'ਤੇ ਸੰਗਤ ਕਰਨੀ ਹੈ, ਉਹ ਵੀ ਹਾਜ਼ਰ ਹੋ ਚੁੱਕੇ ਨੇ। ਸੰਤ ਜਗਤਾਰ ਸਿੰਘ ਜੀ ਜੋਤ ਜਗਾ ਰਹੇ ਨੇ, ਨਾਲ ਨੇ ਸੰਤ ਬਲਵੰਤ ਸਿੰਘ ਜੀ, ਜੋਗੇਲਕਰ ਜੀ ਵੀ। ਫਿਰ ਤਾੜੀਆਂ ਨਾਲ ਸਵਾਗਤ ਉਸਤਾਦ ਅੱਲਾ ਰੱਖਾਂ ਜੀ ਦੇ ਸਾਹਿਬਜ਼ਾਦੇ, ਉਹਨਾਂ ਦੇ ਫਰਜ਼ੰਦ ਫਜ਼ਲ ਕੁਰੈਸ਼ੀ ਜੀ ਵੀ, ਉਹ ਵੀ ਹਾਜ਼ਰ ਹੋ ਚੁੱਕੇ ਨੇ। ਉਸਤਾਦ ਜਾਕਰ ਜੀ, ਸ੍ਰੀ ਮਾਤਾ ਜੀ ਨੂੰ ਨਤਮਸਤਕ ਹੋਣ ਲਈ ਫਜ਼ਲ ਜੀ, ਤੌਫੀਕ ਜੀ ਅਤੇ ਜੋਗੇਲਕਰ ਜੀ, ਪੌੜੀਆਂ ਸਾਨੂੰ ਲਓ ਪੌੜੀ। ਇਹ ਨੇ ਪੰਜਾਬ ਘਰਾਣੇ ਦੇ ਖਲੀਫਾ ਉਸਤਾਦ ਸ੍ਰੀ ਜਾਕਰ ਹੁਸੈਨ ਜੀ। 65 ਸਾਲ ਦੀ ਵੱਧ ਤੋਂ ਵੱਧ ਉਮਰ ਹੈ ਅਤੇ ਤੁਸੀਂ ਵੇਖਿਆ ਉਹ ਅਜੇ ਪੂਰੀ ਤਰ੍ਹਾਂ ਜਵਾਨ ਨੇ, ਲੱਗਦੇ ਨੇ ਕਿ 40 ਸਾਲ ਤੋਂ ਘੱਟ ਹੋਣਗੇ। ਸੱਚਮੁੱਚ ਹੀ ਇਹ ਸ਼ਾਸਤਰੀ ਸੰਗੀਤ ਦੇ ਉਸਤਾਦ ਸਾਹਿਬਾਨ ਨੇ, ਜਿਨ੍ਹਾਂ ਨੇ ਅਦਬ ਆਦਾਬ ਦੀ ਪਰੰਪਰਾ ਨੂੰ ਕਾਇਮ ਰੱਖਿਆ ਹੋਇਆ। ਹੁਣ ਮੈਂ ਬੇਨਤੀ ਕਰਾਂਗਾ, ਸਾਡੇ ਆਏ ਉਸਤਾਦ ਸਾਹਿਬਾਨਾਂ ਨੂੰ ਫੁੱਲਾਂ ਦੇ ਬੁੱਕੇ ਭੇਟ ਕਰਨ ਲਈ ਸਰਦਾਰ ਸਰਦਾਰਾ ਸਿੰਘ ਜੀ ਮੰਚ 'ਤੇ ਆਉਣਗੇ। ਉਹਨਾਂ ਦੇ ਨਾਲ ਬੀਬੀ ਸਰੋਜ ਕੁਮਾਰ ਜੀ ਧਰਮ ਪਤਨੀ, ਸੰਤ ਰਣਜੀਤ ਸਿੰਘ ਜੀ ਡਰਬੀ ਤੋਂ, ਉਹਨਾਂ ਨੂੰ ਵੀ ਬੇਨਤੀ ਹੈ ਨਿਮਰਤਾ ਸਹਿਤ ਉਹ ਵੀ ਮੰਚ 'ਤੇ ਆ ਜਾਣ। ਸੰਤ ਰਣਜੀਤ ਸਿੰਘ ਜੀ ਡਰਬੀ ਵਾਲੇ, ਜਿਨ੍ਹਾਂ ਨੇ ਅਰਜ਼ ਕਰਕੇ ਇਹ ਜਿਹੜੇ ਵੀ ਸੰਗੀਤ ਸੰਮੇਲਨ ਹਰ ਸਾਲ ਹੁੰਦੇ ਨੇ ਸਤਿਗੁਰੂ ਜਗਜੀਤ ਸਿੰਘ ਜੀ ਦੀ ਸਿਮਰਤੀ ਵਿੱਚ, ਉਹਨਾਂ ਦੀ ਸਾਰੀ ਸੇਵਾ ਸੰਤ ਰਣਜੀਤ ਸਿੰਘ ਜੀ ਕਰਦੇ ਨੇ। ਇਹਨਾਂ ਦੇ ਨਾਲ ਮੈਂ ਬੇਨਤੀ ਕਰਾਂਗਾ ਦੇਵ ਦਿਲਦਾਰ ਜੀ ਨੂੰ, ਉਹ ਵੀ ਮੰਚ 'ਤੇ ਆ ਜਾਣਗੇ, ਅਤੇ ਜੈਨ ਸਾਹਿਬ ਜੀ, ਉਸਤਾਦ ਜੈਨ ਸਾਹਿਬ ਜੀ, ਉਹ ਵੀ ਮੰਚ 'ਚ ਆਣ ਕੇ। ਅਤੇ ਸਾਡੇ ਆਏ ਮਹਿਮਾਨਾਂ ਦਾ, ਆਏ ਉਸਤਾਦ ਸਾਹਿਬਾਨਾਂ ਦਾ ਮਾਣ ਸਨਮਾਨ ਕਰਨ ਲਈ ਉਹਨਾਂ ਨੂੰ ਫੁੱਲਾਂ ਦੇ ਬੁੱਕੇ ਭੇਟ ਕਰਨਗੇ। ਬੀਬੀ ਸਰੋਜ ਕੁਮਾਰ ਜੀ ਉਸਤਾਦ ਜਾਕਰ ਹੁਸੈਨ ਜੀ ਨੂੰ
PSU ਦੇ ਰਹਿ ਚੁੱਕੇ VC ਸਾਹਿਬ ਸਰਦਾਰ ਸਰਦਾਰਾ ਸਿੰਘ ਜੀ ਜੌਹਲ, ਜਿਨ੍ਹਾਂ ਨੇ ਬਹੁਤ ਸਾਰੇ ਮਾਣ ਸਨਮਾਨ ਵਿਸ਼ਵ ਭਰ 'ਚੋਂ ਹਾਸਲ ਕੀਤੇ ਨੇ, ਉਹ ਵੀ ਮੰਚ 'ਤੇ ਆ ਕੇ ਸਾਡੇ ਆਏ ਉਸਤਾਦ ਕਲਾਕਾਰਾਂ ਨੂੰ ਫੁੱਲਾਂ ਦੇ ਬੁੱਕੇ ਭੇਟ ਕਰਨਗੇ, ਨਾਲ ਦੇਵ ਦਿਲਦਾਰ ਜੀ ਅਤੇ ਜੈਨ ਸਾਹਿਬ ਜੀ। ਜੌਹਲ ਸਾਹਿਬ ਸਤਿਗੁਰੂ ਜੀ ਨੂੰ, ਜੈਨ ਸਾਹਿਬ ਨਤਮਸਤਕ ਹੋ ਰਹੇ ਨੇ, ਦੇਵ ਦਿਲਦਾਰ ਜੀ ਜੌਹਲ ਸਾਹਿਬ ਤੌਫੀਕ ਕੁਰੈਸ਼ੀ ਜੀ ਨੂੰ ਫੁੱਲਾਂ ਦੇ ਬੁੱਕੇ ਭੇਟ ਕਰਕੇ ਸਨਮਾਨਿਤ ਕਰ ਰਹੇ ਨੇ, ਦੇਵ ਦਿਲਦਾਰ ਜੀ ਸ੍ਰੀ ਅਜੇ ਜੋਗੇਲਕਰ ਜੀ ਨੂੰ, ਅਜੇ ਜੀ ਨੂੰ ਦੇਵ ਦਿਲਦਾਰ ਜੀ ਜਿਹੜੇ ਸਾਡੇ ਪੰਜਾਬੀ ਦੇ ਪ੍ਰਸਿੱਧ ਗਾਇਕ ਨੇ, ਸਤਿਗੁਰੂ ਜਗਜੀਤ ਸਿੰਘ ਜੀ ਦੇ ਸਮੇਂ ਤੋਂ ਲੈ ਕੇ ਇੱਥੇ ਸ੍ਰੀ ਭੈਣੀ ਸਾਹਿਬ ਨਾਲ ਇਹਨਾਂ ਦਾ ਬਹੁਤ ਗੂੜਾ ਨਾਤਾ ਜੁੜਿਆ ਹੋਇਆ। ਇਸ ਪ੍ਰੋਗਰਾਮ ਦੇ ਅੱਜ ਦੇ ਨਾਇਕ ਪੰਜਾਬ ਘਰਾਣੇ ਦੇ ਖਲੀਫਾ ਉਸਤਾਦ ਜ਼ਾਕਰ ਹੁਸੈਨ ਜੀ, ਜੇ ਉਹਨਾਂ ਬਾਰੇ ਮੈਂ ਦੱਸਣਾ ਸ਼ੁਰੂ ਕਰਾਂ ਕਿ ਉਹਨਾਂ ਨੇ ਕਿੰਨੇ ਹੀ ਦੁਨੀਆ ਭਰ ਦੇ ਮਾਣ ਸਨਮਾਨ, ਕਿਸ ਤਰ੍ਹਾਂ ਦੀ ਪਰਫੋਰਮੈਂਸ, ਅਤੇ ਮੈਨੂੰ ਲੱਗਦਾ ਕਿ ਇੱਕ ਵੱਖਰਾ ਸੈਮੀਨਾਰ ਜਾਂ ਇੱਕ ਵੱਖਰਾ ਪ੍ਰੋਗਰਾਮ ਇਸੇ 'ਤੇ ਹੀ ਹੋ ਜਾਂਦਾ, ਪਰ ਮੈਂ ਤਾਂ ਸੰਖੇਪ ਵਿੱਚ ਇੰਨੀ ਹੀ ਬੇਨਤੀ ਕਰਾਂਗਾ ਕਿ ਸੰਗੀਤ ਨਾਲ ਪਾਰੰਗਤ ਉਸਤਾਦ ਅੱਲਾ ਰੱਖਾਂ ਜੀ ਦੇ ਚਮਕਦੇ ਸਿਤਾਰੇ ਉਸਤਾਦ ਜ਼ਾਕਰ ਜੀ, ਇਹਨਾਂ ਨੇ ਮਾਤਰ 3 ਸਾਲ ਦੀ ਉਮਰ ਤੋਂ ਆਪਣੇ ਪਿਤਾ ਜੀ ਤੋਂ ਤਬਲੇ ਦੀ ਸਿੱਖਿਆ ਸ਼ੁਰੂ ਕੀਤੀ। 11 ਸਾਲ ਦੀ ਉਮਰ 'ਚ ਹੀ ਸਿਰਫ ਇਹਨਾਂ ਨੇ ਪ੍ਰੋਗਰਾਮ ਕਰਨੇ ਸ਼ੁਰੂ ਕਰ ਦਿੱਤੇ, ਅਤੇ ਉਦੋਂ ਤੋਂ ਲੈ ਕੇ ਸਾਲ ਦੇ ਵਿੱਚ 150 ਤੋਂ ਲੈ ਕੇ 200 ਤੱਕ ਇਹਨਾਂ ਦੇ ਪ੍ਰੋਗਰਾਮ ਹੁੰਦੇ ਸਨ। ਇਹਨਾਂ ਨੂੰ ਸੰਗੀਤ ਨਾਟਕ ਅਕੈਡਮੀ ਵੱਲੋਂ ਪਦਮ ਸ਼੍ਰੀ, ਪਦਮ ਭੂਸ਼ਣ, ਇੰਡੋ ਅਮੈਰੀਕਨ ਅਵਾਰਡ, ਨੈਸ਼ਨਲ ਹੈਰੀਟੇਜ ਅਵਾਰਡ ਅਤੇ ਗ੍ਰੈਮੀ ਅਵਾਰਡ, ਇਸ ਤਰ੍ਹਾਂ ਦੀ ਇੱਕ ਲੰਮੀ ਫਹਿਰਿਸਤ ਹੈ ਇਹਨਾਂ ਦੇ ਮਾਣ ਸਨਮਾਨਾਂ ਦੀ, ਜਿਹੜੇ ਜ਼ਾਕਰ ਹੁਸੈਨ ਜੀ ਨੂੰ ਪੂਰੀ ਦੁਨੀਆ ਵਿੱਚੋਂ ਪ੍ਰਾਪਤ ਹੋ ਚੁੱਕੇ ਨੇ। ਮੈਂ ਜ਼ਾਕਰ ਜੀ ਬਾਰੇ ਹੋਰ ਜਾਣਕਾਰੀ, ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਉਹਨਾਂ ਦੇ ਪ੍ਰੋਗਰਾਮ ਵਿੱਚ, ਅਤੇ ਮੈਂ ਤੁਹਾਡੇ ਵਿੱਚ ਬਹੁਤਾ ਸਮਾਂ ਨਹੀਂ ਲਵਾਂਗਾ, ਪਰ ਸੰਖੇਪ ਵਿੱਚ ਇਹਨਾਂ ਦੇ ਜ਼ਰੂਰ ਕਹਿਣਾ ਚਾਹਾਂਗਾ, ਇਹ ਉਸਤਾਦ ਅੱਲਾ ਰੱਖਾਂ ਜੀ ਦੇ ਸਾਹਿਬਜ਼ਾਦੇ ਨੇ ਤਿੰਨੋਂ ਹੀ, ਜਿਨ੍ਹਾਂ ਵਿੱਚ ਇੰਨੀ ਨਿਮਰਤਾ ਹੈ ਕਿ ਸਾਡੇ ਸੰਤ ਧਿਆਨ ਸਿੰਘ ਜੀ ਨੇ ਇੱਕ ਲਿਖਿਆ, ਵਿੱਦਿਆ ਬਿਨ ਹੰਕਾਰ ਮੈਂ ਬਲਿਹਾਰੀ ਤਾਹੇ ਜਾਣ, ਲਖੇ ਜੋ ਵਿੱਦਿਆ ਸਾਰ ਸੋਜਨ ਬ੍ਰਹਮ ਸਰੂਪ ਹੈ। ਸੱਚਮੁੱਚ ਹੀ ਇਹਨਾਂ ਵਿੱਚ ਨਿਰਮਾਣਤਾ ਇੰਨੀ ਹੈ ਕਿ ਇਹ ਬ੍ਰਹਮ ਸਰੂਪ ਨੇ। ਇੱਕ ਫਲਦਾਰ ਰੁੱਖ ਜਦੋਂ ਉੱਤੇ ਫਲ ਲੱਗਦੇ ਨੇ ਤਾਂ ਉਹ ਨੀਵਾਂ ਹੋ ਜਾਂਦਾ, ਉਹ ਝੁੱਕ ਜਾਂਦਾ, ਪਰ ਉਹ ਝੁਕਣ ਤੋਂ ਬਾਅਦ ਵੀ ਇੱਕ ਅੰਬ ਦਾ ਜਿਹੜਾ ਫਲ ਹੈ ਉਹ ਜਦੋਂ ਕੱਚਾ ਹੁੰਦਾ ਪਾਣੀ ਵਿੱਚ ਤੈਰਦਾ, ਜਦੋਂ ਪੱਕ ਜਾਂਦਾ ਪੀਲਾ ਹੋ ਜਾਂਦਾ, ਰਸ ਜਾਂਦਾ, ਉਹ ਹੋਰ ਭਾਰਾ ਹੋ ਜਾਂਦਾ। ਇਹ ਰਸੇ ਹੋਏ ਕਲਾਕਾਰ, ਇਹ ਸੰਪੂਰਨ ਕਲਾਕਾਰ, ਇਹ ਸੰਪੂਰਨ ਸੰਗੀਤਕਾਰ ਉਸਤਾਦ ਜ਼ਾਕਰ ਹੁਸੈਨ ਜੀ, ਅਤੇ ਇਹਨਾਂ ਦੇ ਨਾਲ ਇਹਨਾਂ ਦੇ ਭਾਈ ਸਾਹਿਬ ਜਿਹੜੇ ਫਜ਼ਲ ਕੁਰੈਸ਼ੀ ਜੀ, ਇਹਨਾਂ ਨੇ ਵੀ ਆਪਣੇ ਪਿਤਾ ਜੀ ਤੋਂ ਸੰਗੀਤ ਸਿੱਖਿਆ ਸ਼ੁਰੂ ਕੀਤੀ ਸੀ। ਜਦੋਂ ਇਹਨਾਂ ਦੇ ਪਿਤਾ ਜੀ ਨੇ ਵੇਖਿਆ ਕਿ ਬਚਪਨ ਵਿੱਚ ਹੀ, ਛੋਟੀ ਉਮਰ ਵਿੱਚ ਹੀ ਇਹ ਆਪਣੇ ਸੀਨੀਅਰਸ ਨਾਲ ਵਜਾ ਰਹੇ ਨੇ, ਉਹਨਾਂ ਨੇ ਉਚੇਚੇ ਤੌਰ 'ਤੇ ਇਹਨਾਂ ਦਾ ਮਾਰਗਦਰਸ਼ਨ ਸ਼ੁਰੂ ਕੀਤਾ। 35 ਸਾਲ ਤੋਂ ਪਰਫੋਰਮੈਂਸ ਕਰ ਰਹੇ ਨੇ, ਅਤੇ ਉਸਤਾਦ ਅੱਲਾ ਰੱਖਾਂ ਇੰਸਟੀਚਿਊਟ ਆਫ ਜਿਹੜਾ ਮਿਊਜ਼ਿਕ ਹੈ ਉਹਦਾ ਸੰਚਾਲਨ ਵੀ ਕਰ ਰਹੇ ਨੇ। ਇਹਨਾਂ ਦੇ ਨਾਲ ਤੌਫੀਕ ਕੁਰੈਸ਼ੀ ਜੀ, ਜਿਨ੍ਹਾਂ ਨੇ ਤਬਲੇ ਦੇ ਬੋਲ ਜਿਹੜੇ ਨੇ ਉਹਨੂੰ ਇੱਕ ਅਫਰੀਕਨ ਸਾਜ਼ ਜ਼ੈਂਬੇ ਦੇ ਵਿੱਚ ਪ੍ਰਦਰਸ਼ਿਤ ਕਰਨਾ ਸ਼ੁਰੂ ਕੀਤਾ, ਵਾਦਨ ਕਰਨਾ ਸ਼ੁਰੂ ਕੀਤਾ, ਅੱਜ ਵਿਸ਼ਵ ਭਰ ਵਿੱਚ ਇਹਨਾਂ ਦੀ ਆਪਣੀ ਇੱਕ ਪਛਾਣ ਹੈ, ਇੱਕ ਵੱਖਰੇ ਸਾਜ਼ ਨੂੰ ਇੱਕ ਵੱਖਰੇ ਢੰਗ ਨਾਲ ਪੇਸ਼ ਕਰਕੇ
ਜੇ ਇਹਨਾਂ ਸਾਰਿਆਂ ਬਾਰੇ ਦੱਸਣ ਲੱਗੀਏ ਬਹੁਤ ਲੰਮਾ ਹੋ ਜਾਏਗਾ। ਇਹਨਾਂ ਦੇ ਨਾਲ ਅਜੈ ਜੋਗਲੇਕਰ ਜੀ ਹਾਰਮੋਨੀਅਮ 'ਤੇ ਸੰਗਤ ਕਰ ਰਹੇ ਨੇ। ਆਪ ਸਭ ਕੋ ਨਮਸਕਾਰ ਔਰ ਜੋ ਇਤਨੀ ਇਤਨੀ ਸ਼ਾਂਤੀ ਸੇ ਆਪ ਬੈਠ ਕੇ ਯੇ ਸਾਰੇ ਕਾਰਿਆਕ੍ਰਮ ਕੀ ਜੋ ਤਿਆਰੀਆਂ ਹੋ ਰਹੀਆਂ ਉਸਕੋ ਦੇਖ ਰਹੇ ਹੈ ਉਸਕਾ ਬਹੁਤ ਬਹੁਤ ਸ਼ੁਕਰੀਆ। ਆਜ ਹਮਾਰੇ ਲੀਏ ਬੜੇ ਮਤਲਬ ਬਹੁਤ ਬੜੇ ਆਸ਼ੀਰਵਾਦ ਕਾ ਦਿਨ ਹੈ ਕਿ ਹਮ ਘਰ ਕੇ ਤੀਨੋ ਭਾਈਓ ਕੋ ਆਜ ਯਹਾਂ ਆ ਕੇ ਸਤਿਗੁਰੂ ਜੀ ਕੀ ਸੇਵਾ ਮੇਂ ਹਾਜ਼ਰੀ ਦੇਣੇ ਕਾ ਮੌਕਾ ਮਿਲਾ ਹੈ ਔਰ ਕੱਲ ਜੋ ਕਾਰਿਆਕ੍ਰਮ ਹੁਆ ਉਸਮੇਂ ਹੈ ਹਮਾਰੇ ਚੌਥੇ ਭਾਈ ਬਜਾਏ ਯੋਗੇਸ਼ ਤੋ ਹਮਾਰੇ ਪਿਤਾ ਜੀ ਨੇ ਹਮ ਤੀਨੋ ਕੋ ਤੋ ਹਮ ਤੋ ਉਨਕੇ ਲੜਕੇ ਹੀ ਥੇ ਲੇਕਿਨ ਯੋਗੇਸ਼ ਵੀ ਉਨ੍ਹੀਂ ਕੇ ਲੜਕੇ ਥੇ ਤੋ ਹਮਾਰੇ ਭਾਈ ਹੈ ਤੋ ਹਮ ਸਭ ਇੱਕ ਹੀ ਜੈਸੇ ਹੈ ਤੋ ਆਜ ਘਰ ਕੇ ਚਾਰੋ ਭਾਈਓ ਨੇ ਯਹਾਂ ਪਰ ਆ ਕੇ ਹਾਜ਼ਰੀ ਦੀ ਹੈ ਤੋ ਇਸ ਕਿਆ ਹਮ ਸਭ ਮਤਲਬ ਇਸ ਆਸ਼ੀਰਵਾਦ ਕੇ ਲਾਇਕ ਨਹੀਂ ਹੈ ਲੇਕਿਨ ਮਿਲਾ ਹੈ ਉਸਕਾ ਸਤਿਗੁਰੂ ਜੀ ਕੋ ਸ਼ੁਕਰੀਆ। ਤੋ ਮੈਂ ਸ਼ੁਰੂਆਤ ਕਰਤਾ ਹੂੰ ਥੋੜ੍ਹੀ ਦੇਰ ਸੋਲਾ ਮਾਤਰੇ ਕੇ ਤੀਨ ਤਾਲ ਸੇ ਉਸਕੇ ਬਾਅਦ ਮੈਂ ਫਜ਼ਲ ਭਾਈ ਆਏਂਗੇ ਔਰ ਹਮ ਥੋੜ੍ਹੀ ਦੇਰ ਬਜਾਏਂਗੇ ਉਸਕੇ ਬਾਅਦ ਮੈਂ ਫਿਰ ਤੌਫੀਕ ਭਾਈ ਆਏਂਗੇ ਔਰ ਫਿਰ ਹਮ ਤੀਨੋ ਅਜੈ ਭਾਈ ਕੇ ਸਾਥ ਮਿਲ ਕੇ ਸਭ ਜੋ ਵੀ ਹੈ ਆਪਕੀ ਸੇਵਾ ਮੈਂ ਥੋੜ੍ਹੀ ਦੇਰ ਕੇ ਲੀਏ। Thank you.
Thank you.
पंजाब अंग का कुछ पेशकार का अंदाज कुछ थोड़ा सा मेरी भी गलती है और कुछ पंजाब के एक दो कायदे आपके सामने प्रस्तुत हुए। अब मैं चाहूँगा कि मेरे छोटे भाई नंबर टू फजल कुरैशी आ जाएं। मेरा तो मतलब ओपनिंग बैट्समैन वो हो गया, अब जो मेन नंबर थ्री एंड नंबर फोर आएंगे वही स्कोर बनाएंगे। ये हॉल में ऑन है ना। अच्छा, फजल भाई की ऐसी इच्छा थी कि पंजाब में पखावज की जो परंपरा है उसमें ध्रुपद धमार का काफ़ी दखल है और पखावज में धमार का ठेका अलग बचता है और उसका चलन जो है अलग है, लेकिन पंजाब में तबला तबले के जो गुरु गण रहे हैं कई दिग्गज तबला वादक गुरु, उन्होंने तबले के लिए एक पंजाबी धमार की रचना बनाई है, तो उसका ठेका जो है तबले के बोलों के ऊपर आधारित है और उसका चलन भी तबले की जो चाल है उसके हिसाब से है, लेकिन पखावज में जैसे पेशकार का चलन चलते हैं ठेके के बोलों को लेके, उसी का एक छोटा सा अंदाज हम लोग आपके सामने पेश करने की चेष्टा कोशिश करेंगे। तो तबले का जो ठेका है उसके बोल हैं ता धिन क्रे धिन धिन धागे तिटिकिट धीना कत्ता कत्ता तिटिकिटता तिटिकिटता धिन, जो पखावज से अलग है। तो 14 मात्रे का धमार, उसमें फजल भाई अपना अकाउंट स्कोर खोलेंगे और मैं साथ साथ में कोशिश करूँगा। थैंक यू। ता ते देखे ता ते देखे ता, शार्प मॉनिटर में मत करिए, हॉल में दिन धागे ते देखे धिन कत्ता कत्ता ते देखे ता। Thank you.
थोड़ा थोड़ा सबको भाइयों को आशीर्वाद मिलना चाहिए और उनको भी मिलना चाहिए जो भी। क्या बात है, वाह वाह सुर में। मुझे भी अभी 4.5 महीने पहले एक पोती हुई है, मैं भी नाना बन गया हूँ। तो उसकी याद आपने दिला दी, थैंक यू वेरी मच। अब हम आमंत्रित करते हैं मंच पर हमारे सबसे छोटे भाई तौफीक कुरैशी साहब को। तौफीक भाई, ये एक वेस्टर्न अफ्रीकन इंस्ट्रूमेंट है जिसको हम जेम्बे बोलते हैं, वो बजाते हैं, लेकिन उस पर दुनिया के जितने सारे रिदम के बाज हैं सबका अंग आपको उस पर वो सुना देंगे, और तबले का, पखावज का, सब का बाज, सबके बोल, गतें, परने, चक्करदार कायदे सब आपको उस इंस्ट्रूमेंट पे उनके हाथों से नज़र आएंगे। सो तौफीक भाई क्या बजा, तौफीक भाई शुरू करेंगे। सबको तालों का शौक है, मैं बेचारा, मुझे वो मैथमेटिक्स में ज़रा कमज़ोरी है, तो मैं 16 मात्रा सिंपल होता है बजा लेता हूँ। ये फजल भाई को 14 लगा, इनको लगा कि हम इतना दूर क्यों जाते हैं, हम 11 तक जाएंगे। तो वहाँ पंजाबी धमार आपने सुनी, अब यहाँ 4 ताल की सवारी, जो कि पंजाब का एक और दूसरा अंग है, 4 ताल की सवारी, जिसको चंपक सवारी भी बोलते हैं, और अलग अलग घरानों में अलग अलग नाम हैं इस ताल के। तो 11 मात्रे का ताल है, उस पर तौफीक भाई की उपज, कुछ बंदिशें, बोल्स सुनिए। Thank you.
आप लोगों का बहुत बहुत समय लिया है, अब थोड़ा सा समय और दे दीजिए। अब तीनों भाई एक साथ, अजय भाई के साथ आपके सामने से फजल भाई, तौफीक भाई तो मैं तुम्हारे सामने हूँ, एक 10-15 मिनट हाजिरी पेश करांगे। कुछ पंजाब दी गतें ते परना तुम्हारे ले बोल बढ़ के ते बजावांगे। थैंक यू। त
Thank you.
शार्प करें यार। Thank you.
5 मिनट्स तो दीजिए। Thank you.
यहाँ पे एक खास चीज मैं सतगुरु जी के चरणों में पेश करने की इजाज़त चाहता हूँ कि सांस से जो एक से एक लय बनते जाती है, और मुझे चिंका ने अभी बताया कि काफ़ी लोगों ने ये कहा है कि ये किया जाए, तो आप लोगों के सामने एक छोटी सी मेरी उपज, मेरी कोशिश सांस को लेके एक से एक रिदम दूसरा रिदम तीसरा चौथा आपका बहुत बहुत धन्यवाद, आपका बहुत बहुत शुक्रिया सतगुरु जी का, बड़े गुरु जी का। आप लोगों ने इतने प्यार से, इतने पेशेंस से हम लोगों को सुन लिया। अब आज का कार्यक्रम यहीं समाप्त करते हैं, फिर आपसे मिलेंगे अगले हफ्ते। सतगुरु जी आशीर्वाद बख्शिश करेंगे, इस रूपा सम्मान